अपने भरा जरा कांग्रेस पार्टी का इतिहास आ साढ़े 19,000 वोट से इतो जता के भेजा पर मैं उस टाइम से भी मैं बड़े वे प्रमिसिज किए गए पार्टी हाईकमांड वालों मैं हमेशा उस गल से उन्होंने अनुवालिया किया। जब 2017 के पार्टी ने टिकट सर सुखपाल सिंह ढिल्लों ने दी मेरे मन के उस टाइम से फर्स्ट टाइम रिजेंटमेंट आई कि भाई मैं इन्ना लंबा समा पार्टी की सेवा की आ मैनू अनुवालिया किया गया। पर इतो मैं अजे लोगों का सवाल हूँ कर दिया क्या कि कोई ना कोई अहदा दे के नहीं नवाजा गया पर लोगों के जहन च इसे जवाब तो जो सवाल तुम कर दें तो लोग यही कहे खास करके कांग्रेसी वर्कर की जो पार्टी को प्यार करते तो अहदों की कड़ी लोड़ आ वैसे भी पार्टी लिए काम कर सकते। 92 भी मैं आपके फादर के मोढ़े ना मोढ़ा जोड़ के काम किया और उस तो बाद मेरे फादर ने 5 इलेक्शन लड़े उन्होंने 5 इलेक्शन जरा सारी कमान से मैं संभालता रहा। ਤੁਸੀਂ ਕਿਹਾ ਜਦ ਤੱਕ ਫਤ ਸਾਹਿਬ ਸੀਗੇ ਕਹਿ ਸਕਦੇ ਹਾਂ ਸੱਤਾ ਦੇ ਵਿੱਚ ਜਾਂ ਫਤ ਸਾਹਿਬ ਜਦੋਂ ਪਾਰਟੀ ਨੂੰ ਪਿਆਰ ਕਰਦੇ ਸੀ ਬੇਸ਼ੱਕ ਸੁਖਪਾਲ ਭੁੱਲਰ ਜੀ ਜਿਹੜਾ MLA ਰਹੇ ਨੇ ਤੁਸੀਂ ਕਿਹਾ ਕਿ ਜਦੋਂ ਗਾਹ ਭਰਾਵਾਂ ਦੀ ਗੱਲ ਆ ਜਾਂਦੀ ਆ ਤਾਂ ਹਮੇਸ਼ਾ ਹੀ ਆਪਾਂ ਜੇ ਘਰੇਲੂ ਗੱਲ ਕਰ ਲਈਏ ਤਾਂ ਅੱਡ ਅੱਡ ਹੋ ਜਾਂਦੇ ਆ ਸੋ ਉਸੇ ਗੱਲ ਤੇ ਆਏ ਨਾ ਕਿ ਹੁਣ ਤੁਹਾਡੇ ਫਤ ਸਾਹਿਬ ਕਿੱਧਰ ਨੇ गल कर लिए कांग्रेस की तो 2000 जो 22 की इलेक्शन हुई है उदो भी बड़ी लेट जी अनाउंसमेंट हुई है तुहाडे वाली सीट की खेम करन दी। इस बार भी जब 22 का इलेक्शन आया उस टाइम तो ही मैनू प्रोमिसिज हुए कि तुहानू फलां थां ते एडजस्ट करांगे तुहानू फलां थां ते एडजस्ट करांगे पर मैनू पिछले 25-30 सालां दे विच जिन्ना भी मेरा कैरियर है वह कांग्रेस प्रति एक वफादार सिपाही का कैरियर रहा है मैनू पार्टी ने कदी भी किसी अहुदे वास्ते नहीं नवाजिया। देश देश अंदर पंजाब टीवी देख रहे सारे दर्शकों का मैं तुहाडा अपना हरमनदीप सिंह निघा स्वागत करता सारे दर्शकों को प्यार भरी सत श्री अकाल प्रवान होवे। सो 2022 दी इलेक्शन का दौर जिहड़ा लंघ चुका ते जिहड़ी पार्टी आम आदमी पार्टी सत्ता च आई हुण जिहड़ियां सारियां सियासी पार्टियां पब्बां भार होईयां फिरदियां ने 2024 दी इलेक्शन नूं लैके मैंबर पार्लीमेंट दी इलेक्शन आ रही है खास करके जे गल कर लईए भारतीय जनता पार्टी दी तां अख तां जदी पंजाब ते टिकी होई आ कारण इही आ कि ਜਿਹੜਾ ਆਮ ਆਦਮੀ ਪਾਰਟੀ ਆ ਵੱਡੀਆਂ ਸੀਟਾਂ ਵੱਡੇ ਬਹੁਮਤ ਦੇ ਨਾਲ ਜਿਹੜਾ ਵਿਧਾਨ ਸਭਾ ਦੇ ਵਿੱਚ ਗਈ ਆ ਪਰ ਜਿਹੜੇ ਕਹਿ ਸਕਦੇ ਕਿ ਪੁਰਾਣੇ ਲੀਡਰ ਉਹ ਭਾਜਪਾ ਖਿੱਚ ਰਹੀ ਹੈ ਕਿਤੇ ਨਾ ਕਿਤੇ ਆਪਦੀ ਸਿਆਸੀ ਜ਼ਮੀਨ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਿਛਲੇ ਸਮੇਂ ਦੌਰਾਨ ਵੀ ਜਿਹੜੇ ਜਿਹੜੇ ਲੀਡਰ ਗਏ ਉਹ ਤੁਹਾਡੇ ਰੋਡ ਟੂਪ ਕਰਵਾਇਆ ਹੁਣ ਪਿਛਲੇ ਦੌਰਾਨ ਫਿਰ ਇੱਕ ਖਿਮਕਰਨ ਹਲਕੇ ਦੇ ਵਿੱਚ ਵੱਡੀ ਉਥਲ ਪੁਥਲ ਹੋਈ ਆ ਗੱਲ ਕਰ ਲਈਏ ਸਾਬਕਾ ਮੰਤਰੀ ਰਹੇ ਨੇ ਸਰਦਾਰ ਗੁਰਚੇਤ ਸਿੰਘ ਭੁੱਲਰ ਉਹਨਾਂ ਦੇ ਪੁੱਤਰ ਅਨੂਪ ਸਿੰਘ ਜੀ ਭੁੱਲਰ ਜਿਹੜੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਗੱਲ ਕਰ ਲਈਏ ਸੁਖਪਾਲ ਭੁੱਲਰ ਹੋਰਾਂ ਲਈ ਤੇ 2017 ਤੋਂ ਲੈ ਕੇ 2022 ਦੇ ਦੌਰਾਨ ਜਿਹੜਾ ਉਹ MLA ਰਹਿ ਚੁੱਕੇ ਨੇ ਕਾਂਗਰਸ ਦੇ ਨਾਲ ਤੇ ਜਿਹੜਾ ਨਾਤਾ ਇਸ ਪਰਿਵਾਰ ਦਾ ਭੁੱਲਰ ਦਾ ਉਹ ਕਾਂਗਰਸ ਦੇ ਨਾਲ ਹੀ ਜੁੜਿਆ ਰਿਹਾ ਤੇ ਬੜੀਆਂ ਜਿਹੜੀਆਂ ਕਹਿ ਸਕਦੇ ਕਿ ਉਹ ਜਿੱਤਾਂ ਵੱਡੀਆਂ ਪ੍ਰਾਪਤ ਕਰਕੇ ਤੇ ਜਿਹੜੀਆਂ ਕਾਂਗਰਸ ਦੀ ਝੋਲੀ ਪਾਈਆਂ ਪਰ ਹੁਣ ਕਾਰਨ ਕੀ ਰਹਿ ਗਈ ਅਨੂਪ ਸਿੰਘ ਭੁੱਲਰ ਆ ਜਿਹੜਾ ਉਹ BJP ਜੁਆਇਨ ਕਰ ਗਏ ਉਹਨਾਂ ਤਮਾਮ ਸਵਾਲਾਂ ਦੇ ਜਵਾਬ ਜਿਹੜੇ ਲਵਾਂਗੇ ਅੱਜ ਅਨੂਪ ਸਿੰਘ ਭੁੱਲਰ ਹੋਰਾਂ ਤੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਲੈਨਿੰਗ ਕੀ ਆ ਕਿਉਂਕਿ ਜਿਹੜਾ ਖੇਮਕਰਨ ਹਲਕਾ ਉਹ ਇਸ ਟਾਈਮ ਸਾਰਿਆਂ ਦੀ ਅੱਖ ਟਿੱਕੀ ਹੋਈ ਆ ਪਿਛਲੇ ਸਮੇਂ ਦੌਰਾਨ ਗੁਰਮੁਖ ਸਿੰਘ ਜੀ ਕੁੱਲਾ ਬਲੇਰ ਜਿਹੜੇ ਸਿਆਸੀ ਸਕੱਤਰ ਸੀਗੇ ਆਦੇਸ਼ ਪ੍ਰਤਾਪ ਕੈਰੋਂ ਦੇ ਉਹ ਵੀ ਉਸੇ ਹਲਕੇ ਦੇ ਨੇ ਉਹ ਪਹਿਲਾਂ ਪੱਟੀ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਕੈਰੋਂ ਪਰਿਵਾਰ ਦੇ ਫਿਰ ਉਹ ਖੇਮਕਰਨ ਹਲਕੇ ਤੋਂ ਹੁਣ ਜਿਹੜਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਹੁਣ ਦੋ ਜਿਹੜੇ ਵੱਡੇ ਸਿਆਸੀ ਚਿਹਰੇ ਨੇ ਉਹ BJP ਜਾ ਚੁੱਕੇ ਕਿਤੇ ਨਾ ਕਿਤੇ ਜਹਿਨ ਚ ਜਿਹੜਾ ਆਮ ਜਨਤਾ ਦੇ ਸਵਾਲ ਇਹੀ ਆਉਂਦਾ ਕਿ ਗੁਰਮੁਖ ਸਿੰਘ ਭੁੱਲਾ ਉੱਥੋਂ ਸੀਟ ਲੜਨਗੇ ਜਾਂ ਅਨੂਪ ਸਿੰਘ ਜਿਹੜਾ ਭੁੱਲਰ ਸੋ ਇਹਨਾਂ ਸਵਾਲਾਂ ਦੇ ਜਵਾਬ ਤੇ ਹਲਕੇ ਲਈ ਕੀ ਕੁਝ ਸੋਚੀ ਬੈਠੇ ਨੇ ਅਨੂਪ ਸਿੰਘ ਭੁੱਲਰ ਉਹਨਾਂ ਬਾਬਤ ਜਿਹੜੇ ਸਵਾਲ ਕਰਾਂਗੇ ਇਹਨਾਂ ਦੇ ਨਾਲ ਅਨੂਪ ਜੀ ਸਵਾਗਤ ਹੈ ਜੀ ਪੰਜਾਬੀ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
जी सब तो पहला आप तिखा ही सवाल शुरू कर दें जा आम जनता का जिहड़ा मूह दे उपर सवाल आ कि पिछोकड़ तुहाडा कांग्रेसी रहा जे गल कर लईए तुहाडे फाल साहब दी ओह मिनिस्टर भी रह चुके ने कांग्रेस वालों तुहाडे ब्रदर ने जिहड़े ओह एमएलए रह चुके ने पर अनूप होरां दा अचनचेत भाजपा दे विच जाणा की कारण है जी मैं 1993 दे विच अपना कॉलेज खत्म कीता सी और जिहड़ा ਪਹਿਲਾ ਇਲੈਕਸ਼ਨ ਮੇਰੇ ਫਾਦਰ ਨੇ ਲੜਿਆ ਸੀ 1991 ਦੇ ਵਿੱਚ ਲੜਿਆ ਸੀਗਾ ਜਿਹੜਾ ਇਲੈਕਸ਼ਨ ਐਜ਼ ਇੰਡੀਪੈਂਡੈਂਟ ਕੈਂਡੀਡੇਟ ਜਿਹੜਾ ਉਸ ਟਾਈਮ ਤੇ ਪੋਸਟਪੋਨ ਹੋ ਗਿਆ ਸੀ ਇੱਕ ਦਿਨ ਪਹਿਲਾਂ 92 ਦੇ ਵਿੱਚ ਵੀ ਮੈਂ ਆਪਦੇ ਫਾਦਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਔਰ ਉਸ ਤੋਂ ਬਾਅਦ ਚ ਮੇਰੇ ਫਾਦਰ ਨੇ 5 ਇਲੈਕਸ਼ਨ ਲੜੇ ਉਹਨਾਂ 5 ਇਲੈਕਸ਼ਨਾਂ ਦੇ ਵਿੱਚ ਜਿਹੜਾ ਸਾਰੀ ਕਮਾਂਡ ਸੀ ਉਹ ਮੈਂ ਸੰਭਾਲਦਾ ਰਿਹਾ ਉਸ ਤੋਂ ਬਾਅਦ ਚ ਜਦੋਂ ਮੇਰੇ ਫਾਦਰ ਵਜ਼ੀਰ ਬਣੇ ਉਸ ਟਾਈਮ ਤੇ ਵੀ ਮੈਂ ਹਮੇਸ਼ਾ ਆਪਦੇ ਫਾਦਰ ਦਾ ਹਲਕੇ ਦੇ ਵਿੱਚ ਜਿਹੜਾ ਵੀ ਕੋਈ ਕੰਮ ਕਾਰ ਹੋਣਾ ਜਾਂ ਕਿਸੇ ਦੇ ਦੁੱਖ ਸੁੱਖ ਤੇ ਜਾਣਾ ਜਾਂ ਕਿਸੇ ਅਫਸਰ ਲੈਵਲ ਤੇ ਕੋਈ ਵੀ ਕਿਸੇ ਦਾ ਕੰਮ ਕਾਰ ਕਰਾਉਂਦਾ ਰਿਹਾ ਤੇ ਉਹ ਮੈਂ ਕਰਾਉਂਦਾ ਰਿਹਾ ਜਦ 2017 ਦੇ ਵਿੱਚ ਪਾਰਟੀ ਨੇ ਟਿਕਟ ਸਾਹਿਬ ਸੁਖਪਾਲ ਸਿੰਘ ਭੱਲੇ ਨੂੰ ਦਿੱਤੀ ਮੇਰੇ ਮਨ ਦੇ ਵਿੱਚ ਉਸ ਟਾਈਮ ਤੇ ਫਸਟ ਟਾਈਮ ਰਿਜੈਂਟਮੈਂਟ ਆਈ ਕਿ ਬਈ ਮੈਂ ਇੰਨਾ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ ਆ ਮੈਨੂੰ ਅਣਗੌਲਿਆ ਕੀਤਾ ਗਿਆ ਪਰ ਮੈਂ ਉਸ ਚੀਜ਼ ਨੂੰ ਵੀ ਅਣਦੇਖਾ ਕਰਕੇ ਆਪਣੇ ਭਰਾ ਨੂੰ ਜਿਹੜਾ ਕਾਂਗਰਸ ਪਾਰਟੀ ਦਾ ਇਤਿਹਾਸ ਆ 19,500 ਵੋਟ ਤੇ ਇੱਥੋਂ ਜਿਤਾ ਕੇ ਭੇਜਿਆ ਸੀ ਪਰ ਮੈਨੂੰ ਉਸ ਟਾਈਮ ਤੇ ਵੀ ਮੈਨੂੰ ਬੜੇ ਵੱਡੇ ਪ੍ਰੋਮਿਸਿਸ ਕੀਤੇ ਗਏ ਸੀ ਪਾਰਟੀ ਹਾਈ ਕਮਾਂਡ ਵੱਲੋਂ ਮੈਨੂੰ ਹਮੇਸ਼ਾ ਉਸ ਗੱਲ ਤੇ ਉਹਨਾਂ ਨੇ ਅਣਗੌਲਿਆ ਕੀਤਾ ਇਸ ਵਾਰ ਵੀ ਜਦ 22 ਦਾ ਇਲੈਕਸ਼ਨ ਆਇਆ ਉਸ ਟਾਈਮ ਤੇ ਮੈਨੂੰ ਪ੍ਰੋਮਿਸਿਸ ਹੋਏ ਕਿ ਤੁਹਾਨੂੰ ਫਲਾਂ ਥਾਂ ਤੇ ਐਡਜਸਟ ਕਰਾਂਗੇ ਤੁਹਾਨੂੰ ਫਲਾਂ ਥਾਂ ਤੇ ਐਡਜਸਟ ਕਰਾਂਗੇ ਪਰ ਮੈਨੂੰ ਪਿਛਲੇ 25-30 ਸਾਲਾਂ ਦੇ ਵਿੱਚ ਜਿੰਨਾ ਵੀ ਮੇਰਾ ਕੈਰੀਅਰ ਆ ਉਹ ਕਾਂਗਰਸ ਪਾਰਟੀ ਇੱਕ ਵਫਾਦਾਰ ਸਿਪਾਹੀ ਦਾ ਕੈਰੀਅਰ ਰਿਹਾ ਹੈ ਮੈਨੂੰ ਪਾਰਟੀ ਨੇ ਕਦੇ ਵੀ ਕਿਸੇ ਅਹੁਦੇ ਵਾਸਤੇ ਨਹੀਂ ਨਿਵਾਜਿਆ ਹਰ ਬੰਦੇ ਦਾ ਖੁਆਇਸ਼ ਹੁੰਦੀ ਆ ਕਿ ਆਪਣੇ ਆਪ ਨੂੰ ਹੁਣ ਐਸਟੈਬਲਿਸ਼ ਕਰਨਾ ਮੈਂ 52-53 ਸਾਲ ਦਾ ਹੋ ਗਿਆ ਤੇ ਜੇ ਮੈਂ ਅੱਜ ਆਪਣੇ ਆਪ ਨੂੰ ਐਸਟੈਬਲਿਸ਼ ਨਹੀਂ ਕਰੂੰਗਾ ਤਾਂ ਮੈਂ ਕਿਸ ਤਰੀਕੇ ਨਾਲ ਕਰੂੰ ਪਰ ਇੱਥੇ ਮੈਂ ਜੇ ਲੋਕਾਂ ਦਾ ਸਵਾਲ ਹੁਣ ਕਰਦੇ ਆ ਤੁਸੀਂ ਕਿਹਾ ਕਿ ਕੋਈ ਨਾ ਕੋਈ ਅਹੁਦਾ ਦੇ ਕੇ ਨਹੀਂ ਨਵਾਜਿਆ ਗਿਆ ਪਰ ਲੋਕਾਂ ਦੇ ਜਹਿਨ ਚ ਇਸੇ ਜਵਾਬ ਤੋਂ ਜੇ ਸਵਾਲ ਤੁਹਾਨੂੰ ਕਰਦੇ ਆ ਤਾਂ ਲੋਕ ਇਹੀ ਕਹਿਣਗੇ ਖਾਸ ਕਰਕੇ ਕਾਂਗਰਸੀ ਵਰਕਰ ਕਿ ਜੇ ਪਾਰਟੀ ਨੂੰ ਪਿਆਰ ਕਰਦੇ ਸੀ ਤਾਂ ਅਹੁਦਿਆਂ ਦੀ ਕਿਹੜੀ ਲੋੜ ਆ ਵੈਸੇ ਵੀ ਪਾਰਟੀ ਲਈ ਕੰਮ ਕਰ ਸਕਦੇ ਸੀ ਜਦ ਜਿੰਨਾ ਚਿਰ ਤੱਕ ਮੇਰੇ ਫਾਦਰ ਸੀ ਮੈਂ ਕਦੀ ਕੋਈ ਮੰਗ ਹੀ ਨਹੀਂ ਕੀਤੀ ਜਦ ਦੋ ਭਰਾਵਾਂ ਦੀ ਗੱਲ ਆਉਂਦੀ ਆ ਤੇ ਹਰ ਕਿਸੇ ਦੀ ਖੁਆਇਸ਼ ਹੁੰਦੀ ਆ ਕਿ ਹੁਣ ਨੈਕਸਟ ਜਨਰੇਸ਼ਨ ਦੀ ਵਾਰੀ ਸਟਾਰਟ ਹੋ ਗਈ ਆ ਜਦ ਨੈਕਸਟ ਜਨਰੇਸ਼ਨ ਦੀ ਵਾਰੀ ਸਟਾਰਟ ਹੁੰਦੀ ਆ ਤੇ ਫਿਰ ਜਿਸ ਬੰਦੇ ਨੇ ਗਰਾਊਂਡ ਤੇ ਕੰਮ ਕੀਤਾ ਹੁੰਦਾ ਹੈ ਉਸ ਬੰਦੇ ਨੂੰ ਹਮੇਸ਼ਾ ਪਹਿਲ ਹੁੰਦੀ ਆ ਪਰ ਮੈਨੂੰ ਉਸ ਗੱਲ ਤੋਂ ਅਣਗੌਲਿਆ ਕੀਤਾ ਗਿਆ ਫਿਰ ਇਸੇ ਸਵਾਲ ਤੇ ਮੈਂ ਆ ਜਾਂਦਾ ਤੁਹਾਡੇ ਤੇ ਤੁਸੀਂ ਕਿਹਾ ਜਦ ਤੱਕ ਫਤ ਸਾਹਿਬ ਸੀਗੇ ਕਹਿ ਸਕਦੇ ਆ ਸੱਤਾ ਦੇ ਵਿੱਚ ਜਾਂ ਫਤ ਸਾਹਿਬ ਜਦੋਂ ਪਾਰਟੀ ਨੂੰ ਪਿਆਰ ਕਰਦੇ ਸੀ ਬੇਸ਼ੱਕ ਸੁਖਪਾਲ ਭੁੱਲਰ ਜੀ ਜਿਹੜਾ ਐਮਐਲਏ ਰਹੇ ਨੇ ਤੁਸੀਂ ਕਿਹਾ ਕਿ ਜਦੋਂ ਗਾਂਹ ਭਰਾਵਾਂ ਦੀ ਗੱਲ ਆ ਜਾਂਦੀ ਆ ਤਾਂ ਹਮੇਸ਼ਾ ਹੀ ਆਪਾਂ ਜਿਹੜੇ ਘਰੇਲੂ ਗੱਲ ਕਰ ਲਈਏ ਤਾਂ ਅੱਡ ਅੱਡ ਹੋ ਜਾਂਦੇ ਆ ਸੋ ਉਸੇ ਗੱਲ ਤੇ ਆਏ ਨਾ ਕਿ ਹੁਣ ਤੁਹਾਡੇ ਫਤ ਸਾਹਿਬ ਕਿੱਧਰ ਨੇ ਉਹ ਤੁਹਾਡੇ ਨਾਲ ਜਾਣਗੇ ਜਾਂ ਕਾਂਗਰਸ ਦੇ ਆਲ ਦਾ ਨਿਊਟਰਲ ਬੈਠੇ ਆ ਜੀ ਉਹਨਾਂ ਦੀ ਚੋਇਸ ਆ ਉਹਨਾਂ ਨੇ ਕਿਹਦੇ ਨਾਲ ਚੱਲਣਾ ਮੈਂ ਇਹਦੇ ਬਾਰੇ ਕੋਈ ਕੁਝ ਨਹੀਂ ਤੁਸੀਂ ਕੋਈ ਸਲਾਹ ਮਸ਼ਵਰਾ ਤਾਂ ਕੀਤਾ ਹੋਊਗਾ ਕਿਉਂਕਿ ਤੁਹਾਡੇ ਮੋਢੀ ਨਹੀਂ ਹੋ ਸਾਡੀ ਉਹ ਪਰਸਨਲ ਗੱਲਾਂ ਨੇ ਉਹ ਮੈਂ ਨਹੀਂ ਡਿਸਕਲੋਜ਼ ਕਰ ਸਕਦਾ ਜੀ ਹੁਣ ਆ ਜਾਣੇ ਤੁਹਾਡੇ ਖੇਮ ਕਰਨ ਹਲਕੇ ਤੇ ਪਿਛਲੇ ਦਿਨੀ ਗੁਰਮੁਖ ਸਿੰਘ ਜੀ ਕੋਲ ਬਲੇਅਰ ਵੀ ਜਿਹੜਾ ਉਹ ਬੀਜੇਪੀ ਦੇ ਵਿੱਚ ਸ਼ਾਮਲ ਰਹੇ ਨੇ ਇੱਥੋਂ ਸਿਆਸੀ ਸਕੱਤਰ ਸੀਗੇ ਪੱਟੀ ਹਲਕੇ ਦੀ ਜੇ ਗੱਲ ਕਰ ਲਈਏ ਦੇਸ਼ ਪ੍ਰਤਾਪ ਕੈਰੋ ਹੋਰਾਂ ਦੇ ਸੋ ਕਿਤੇ ਨਾ ਕਿਤੇ ਹੁਣ ਜਿਹੜਾ ਜਹਿਨ ਦੇ ਵਿੱਚ ਆਮ ਜਨਤਾ ਦੇ ਆਵੇਗਾ ਕਿ ਹੁਣ ਉੱਥੋਂ ਜਿਹੜਾ ਉਮੀਦਵਾਰ ਕੌਣ ਹੋਵੇਗਾ ਕੋਈ ਇਦਾਂ ਦੀ ਗੱਲਬਾਤ ਹੋਈ ਬੀਜੇਪੀ ਦੇ ਨਾਲ ਜਾਂ ਬੀਜੇਪੀ ਦੇ ਨਾਲ ਤੁਸੀਂ ਦੋਵੇਂ ਚਿਹਰੇ ਸਾਹਮਣੇ ਬੈਠੇ ਹੋ ਤਾਂ ਉਸ ਪ੍ਰਤੀ ਜੇ ਗੱਲ ਕਰੀਏ ਤਾਂ ਕੋਈ ਨਾ ਕੋਈ ਬੀਜੇਪੀ ਵੱਲੋਂ ਇਸ਼ਾਰਾ ਦਿੱਤਾ ਗਿਆ ਕਿ ਜਾਂ ਰਲ ਮਿਲ ਕੇ ਕੰਮ ਚੱਲੇਗਾ ਜੀ ਬੀਜੇਪੀ ਇੱਕ ਇਸ ਟਾਈਮ ਤੇ ਡਿਸਪਲਿਨ ਫੋਰਸ ਹੈ ਉਹਦੇ ਵਿੱਚ ਇਨਡਿਸਪਲਿਨ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਂਦਾ ਔਰ ਮੇਰੀ ਇੱਕੋ ਹੀ ਗੱਲ ਹੈ ਇੱਕੋ ਹੀ ਖੁਆਇਸ਼ ਆ ਮੈਂ ਜਿੱਥੇ ਵੀ ਰਿਹਾ ਮੈਂ ਤਨ ਮਨ ਦੇ ਨਾਲ ਉਸ ਪਾਰਟੀ ਦੀ ਸੇਵਾ ਕੀਤੀ ਹੈ ਮੇਰੇ ਮਨ ਚ ਕੋਈ ਖੁਆਇਸ਼ ਨਹੀਂ ਗਈ ਕਿ ਮੈਨੂੰ ਅੱਜ ਹੀ ਟਿਕਟ ਦੇ ਨਾਲ ਨਵਾਜ਼ਿਆ ਜਾਵੇ ਜਿਸ ਬੰਦੇ ਨੇ ਵੱਧ ਕੰਮ ਕਰਨਾ ਹੈ ਜਿਸ ਬੰਦੇ ਨੇ ਪਾਰਟੀ ਪ੍ਰਤੀ ਜ਼ਿਆਦਾ ਵਫਾਦਾਰੀ ਦਿਖਾਉਣੀ ਹੈ ਜਿਸ ਬੰਦੇ ਨੇ ਗ੍ਰਾਸ ਰੂਟ ਤੋਂ ਵਰਕਰ ਨੂੰ ਚੁੱਕ ਕੇ ਲੈ ਕੇ ਜਾਣਾ ਹੈ ਪਾਰਟੀ ਨੇ ਆਪਣੇ ਆਪ ਨੂੰ ਸਿਰ ਤੇ ਉੱਤੇ ਤਾਜ ਰੱਖਣਾ ਹੈ ਇਸ ਕਰਕੇ ਮੈਨੂੰ ਉਸ ਗੱਲ ਦਾ ਕੋਈ ਗਿਲਾ ਨਹੀਂ ਕੋਈ
गुस्सा नहीं कि अज पार्टी किनू अगे ला रही है। मैं वर्कर के तौर पर एक पार्टी दे विच काम करना है। गुजरात और हिमाचल प्रदेश ताजिया ताजिया जिहड़ियां विधानसभा चोणां होके हटियां, हिमाचल दे विच कांग्रेस की सरकार बनी है, गुजरात दे विच चलो जिहड़ा ओह भाजपा जिहड़ा ओह सत्ता दे विच आ गई है। गल कर लईए कांग्रेस की, तो 2000 जो 22 की इलैक्शन हुई है उदों भी बड़ी लेट जिहड़ी अनाउंसमेंट हुई है तुहाडे वाली सीट की खेम करन दी। बहुत खत्म हो गया, जिन्ना चिर तक लीडरशिप तकड़ी ना हो चिर तक वर्कर जो खेरू खेरू हो जाता। अज कांग्रेस डिसिप्लिन नाम की कोई चीज नहीं रहेगी, क्योंकि पिछले समय दौरान जो कांग्रेस की गल कर लिए सुनील जाखड़ हुरी सीगे वड्डे चेहरे वह जरा भाजपा वाले मूव कर गए, पर अज जरा जो गल कर लिए राजा वड़िंग जी वह प्रधान ने, वह कहिंदे कि डिसिप्लिन प्रति लिहाज नहीं होगा। तुसीं उन्हां दी प्रधानगी नूं कैसे देखते हो? जे उस नूं इंप्लीमेंट करनगे फिर ही है ना जी। अब इंप्लीमेंटेशन तो है नहीं, जिदे मुंह च जो आता बोली जाता, इनडिसिप्लिन क्रिएट हो गया। सारे चीफ मिनिस्टर की कुर्सी में पै गए कि मैं चीफ मिनिस्टर की कुर्सी मैं उत्ते बह जा, उत्ते जाके साहब सुखजिंदर सिंह रंधावा ना बह जाए, साहब प्रताप सिंह बाजवा ना बह जाए, नवजोत सिंह सिद्धू ना बह जाए, हर एक की दौड़ है इस वे चीफ मिनिस्टर की कुर्सी पर, ना कि पंजाब नूं अगे ले जाके। कांग्रेस एक दो नहीं, बहुत टीमां बन गई, बहुत टीमां बन गई। ਤੁਹਾਡੇ ਹਲਕੇ ਤੇ ਉਹਨੇ ਕੀ ਸੋਚ ਕੇ ਆਏ ਹੋ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਦਾ ਮੌਕਾ ਦਿੰਦੀ ਆ ਪਾਰਟੀ ਤਾਂ ਭੁੱਲਰ ਸਾਹਿਬ ਕੀ ਹਲਕੇ ਨੂੰ ਜਿਹੜਾ ਦਿੱਤਾ ਜਾਊਗਾ ਜਾਂ ਕੀ ਬੀਜੇਪੀ ਤੋਂ ਮੰਗ ਕੀਤੀ ਜਾਊਗੀ ਕਿ ਮੇਰਾ ਹਲਕਾ, ਕਿਉਂਕਿ ਬਾਰਡਰ ਏਰੀਆ ਕਹਿ ਸਕਦੇ ਆਪਾਂ ਕਿ ਪਛੜਿਆ ਹੋਇਆ ਏਰੀਆ ਜਾਂ ਬੜੀਆਂ ਸੀਮਾਵਾਂ ਤੋਂ ਵਾਂਝਾ ਏਰੀਆ ਤੁਰਿਆ ਫਿਰਦਾ ਜੀ? ਮੈਂ ਸ਼ੁਰੂ ਤੋਂ ਹੀ ਆਪਣਾ ਜਿਹੜਾ ਕੰਮ ਆ ਉਹ ਬੜੇ ਸਾਫ ਸੁਥਰੇ ਤਰੀਕੇ ਦੇ ਨਾਲ ਕੀਤਾ ਹੈ। 30 ਸਾਲ ਦੇ ਕੈਰੀਅਰ ਦੇ ਵਿੱਚ ਅੱਜ ਦੀ ਤਰੀਕ ਤੱਕ ਮੇਰੇ ਤੇ ਕੋਈ ਦਾਗ ਨਹੀਂ ਲੱਗਿਆ ਔਰ ਮੇਰਾ ਇੱਕੋ ਮਨਸ਼ਾ ਹੈ ਕਿ ਇਸ ਵੇਲੇ ਸਾਡਾ ਇਲਾਕਾ ਸਪੈਸ਼ਲੀ ਹੀਰੋਇਨ ਤੇ ਸਮੈਕ ਦੀ ਗ੍ਰਸਤ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਚੁੱਕਾ ਹੈ। ਮੇਰਾ ਪਹਿਲਾ ਏਜੰਡਾ ਇਹ ਰਹੂਗਾ ਸੈਂਟਰਲ ਗਵਰਨਮੈਂਟ ਦੇ ਕੋਲੋਂ ਵੀ, ਅਮਿਤ ਸ਼ਾਹ ਜੀ ਕੋਲੋਂ, ਮੋਦੀ ਜੀ ਕੋਲੋਂ, ਕਿ ਕੋਈ ਇਹੋ ਜਿਹੀ ਪਾਲਿਸੀ ਬਣਾਈ ਜਾਵੇ ਜਿਹਦੇ ਨਾਲ ਇੱਥੋਂ ਡਰੱਗਸ ਨੂੰ ਸਦਾ ਵਾਸਤੇ ਖਤਮ ਕੀਤਾ ਜਾਵੇ ਔਰ ਆਉਣ ਵਾਲੀ ਜਿਹੜੀ ਪਨੀਰੀ ਹੈ ਸਾਡੀ ਉਹਨੂੰ ਇਸ ਚੀਜ਼ ਤੋਂ ਬਚਾਇਆ ਜਾ ਸਕੇ। ਦੂਸਰਾ ਮੇਰਾ ਜਿਹੜਾ ਏਜੰਡਾ ਰਹੂਗਾ, ਸਾਸੀ ਐਜੂਕੇਸ਼ਨ ਦੇ ਮਾਮਲੇ ਚ ਬਹੁਤ ਬੁਰੀ ਤਰ੍ਹਾਂ ਪਛੜ ਚੁੱਕੇ ਹਾਂ। ਜੇ ਅੱਜ ਗੱਲ ਕਰੀਏ ਕਿ ਸਾਡੇ ਇੱਥੇ ਲੈਵਲ ਆਫ ਐਜੂਕੇਸ਼ਨ ਬਹੁਤ ਥੱਲੇ ਚਲੇ ਗਿਆ ਜੀ, ਉਸ ਨੂੰ ਚੁੱਕਣ ਦਾ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਾਂਗੇ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਨਸਲ ਆ ਉਹ ਇਸ ਚੀਜ਼ ਨੂੰ ਪੜ੍ਹ ਸਕੇ, ਕੋਈ ਚੰਗੇ ਇੰਸਟੀਚਿਊਟ ਆ ਸਕੇ, ਕੋਈ ਚੰਗਾ ਪੜ੍ਹਾਈ ਦੇ ਸਾਧਨ ਬਣ ਸਕਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਚੰਗੀ ਜਿਹੜੀ ਪਨੀਰੀ ਤਿਆਰ ਹੋ ਕੇ ਤੇ ਦੇਸ਼ ਦੀ ਕੌਮ ਦੀ ਸੇਵਾ ਕਰ ਸਕੇ ਜੀ। ਭੁੱਲਰ ਸਾਹਿਬ ਤੁਸੀਂ ਗੱਲ ਕੀਤੀ ਆ ਸਮੈਕ ਹੈਰੋਨ ਦੀ, ਨਸ਼ੇ ਦੀ, ਕਿਤੇ ਨਾ ਕਿਤੇ ਇਲਜ਼ਾਮ ਤਾਂ ਕਹਿ ਸਕਦੇ ਕਿ ਚਿੱਟੇ ਕੁੜਤਿਆਂ ਤੇ ਲੱਗਦੇ ਰਹੇ ਆ ਕਿ ਪੁਲਿਸ ਦੇ ਕੰਮ ਦੇ ਵਿੱਚ ਬੜੇ ਵੱਡੇ ਪੱਧਰ ਤੇ ਦਖਲ ਅੰਦਾਜ਼ੀ ਹੁੰਦੀ ਰਹੀ ਹੈ, ਸ਼ਾਇਦ ਜਿਹੜਾ ਚਿੱਟਾ ਤਾਂ ਹੀ ਪੈਰ ਪਸਾਰ ਗਿਆ। ਸੋ ਤੁਸੀਂ ਇਸ ਬਾਬਤ ਕਿੱਦਾਂ ਦੀ ਪਲੈਨਿੰਗ ਲੈ ਕੇ ਚੱਲ ਰਹੇ ਹੋ? ਕੱਲੀ ਬੀਜੇਪੀ ਛੱਡ ਦਈਏ, ਤੁਸੀਂ ਆਪਣੇ ਹਲਕੇ ਦੇ ਲਈ ਕਿੱਦਾਂ ਦੀ ਪਲੈਨਿੰਗ ਰੱਖਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਉਹ ਨਸ਼ਾ ਉਹ ਖਤਮ ਹੋ ਸਕਦਾ? ਇਹ ਵੀ ਮੇਰਾ ਖਿਆਲ ਨੈਕਸਟ ਟਾਈਮ ਲਈ ਰੱਖ ਲਈਏ, ਪਰ ਮੈਂ ਸਿਰਫ ਛੋਟੀ ਜਿਹੀ ਗੱਲ ਜ਼ਰੂਰ ਤੁਹਾਨੂੰ ਦੱਸਦਾ ਹਾਂ। ਮੈਂ ਉਹ ਬੰਦਾ ਇਕੱਲਾ ਆਇਆ ਸਮੁੱਚੇ ਪੰਜਾਬ ਦੇ ਵਿੱਚ ਜਿਸ ਬੰਦੇ ਨੇ 2015 ਤੋਂ ਲੈ ਕੇ ਤੇ 2017 ਤੱਕ ਡਰੱਗਸ ਦੇ ਅਗੇਂਸਟ ਆਵਾਜ਼ ਚੁੱਕੀ ਸੀ। ਸਮੁੱਚੇ ਖੇਮਕਰਨ ਹਲਕੇ ਦੇ ਵਿੱਚ ਤੁਸੀਂ ਇਸ ਬਾਰੇ ਪਤਾ ਕਰ ਸਕਦੇ ਹੋ, ਇੱਕ ਫਤਿਹ ਫਾਊਂਡੇਸ਼ਨ ਅਸੀਂ ਚਲਾਈ ਸੀ ਜਿਹਦੇ ਪ੍ਰਤੀ ਅਸੀਂ ਜਾਗਰੂਕ ਕਰਦੇ ਰਹੇ ਹਾਂ, ਡਰਾਮੇ ਵਿਖਾਉਂਦੇ ਰਹੇ ਹਾਂ ਔਰ ਜਿਹੜੇ ਸਾਡੇ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਸੀ ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਪ੍ਰਾਈਵੇਟ ਡਾਕਟਰਾਂ ਦੇ ਕੋਲੋਂ ਜਾ ਕੇ ਟ੍ਰੀਟਮੈਂਟ ਕਰਾਉਂਦੇ ਰਹੇ। ਮੈਂ ਉਹ ਇਕੱਲਾ ਬੰਦਾ ਹਾਂ ਜਿਸ ਬੰਦੇ ਨੇ ਇਸ ਚੀਜ਼ ਦੇ ਉੱਤੇ ਅੱਜ ਦੀ ਅੱਜ ਤੋਂ ਤਕਰੀਬਨ 8-10 ਸਾਲ ਪਹਿਲਾਂ ਇਹ ਸੋਚ ਨੂੰ ਲੈ ਕੇ ਚੱਲਿਆ ਸੀ ਕਿ ਇਹ ਸਾਡਾ ਜਿਹੜਾ ਇਲਾਕਾ ਆ, ਸਾਡਾ ਪੰਜਾਬ ਆ, ਸਾਡਾ ਜਿਹੜਾ ਏਰੀਆ ਆ, ਸਾਡੀ ਜਿਹੜੀ ਕੌਮ ਆ, ਸਾਡੀ ਆਉਣ ਵਾਲੀ ਜਿਹੜੀ ਨਸਲ ਆ, ਇਸ ਦਲਦਲ ਦੇ ਵਿੱਚ ਫਸ ਚੁੱਕੀ ਆ, ਇਹਨੂੰ ਕੱਢਣ ਦਾ ਕੋਈ ਨਾ ਕੋਈ ਉਪਰਾਲਾ ਕੀਤਾ ਜਾਵੇ। ਭਾਜਪਾ ਪ੍ਰਤੀ ਨਫ਼ਰਤ ਲੋਕਾਂ ਦੇ ਵਿੱਚ ਜਿਹੜੀ ਫੈਲੀ ਸੀਗੀ ਕਿਸਾਨ ਅੰਦੋਲਨ ਦੌਰਾਨ,
ਅਜੇ ਜਿਹੜੀ ਉਹ ਨਿਕਲੀ ਨਹੀਂ ਜੇ ਕਹਿ ਸਕਦੀ ਹੈ, ਕਿਉਂਕਿ ਬਾਰਡਰ ਏਰੀਆ ਕਿਸਾਨ ਵੱਧ ਨੇ, ਠੀਕ ਹੈ ਜੀ, ਕਿਸਾਨਾਂ ਨੇ ਹੀ ਜਿਹੜਾ ਭਾਜਪਾ ਦੇ ਖਿਲਾਫ ਜਿਹੜਾ ਉੱਥੇ ਬੁਲੰਦ ਕੀਤੀ ਸੀਗੀ ਆਵਾਜ਼, ਪਰ ਤੁਸੀਂ ਕੀ ਭਾਜਪਾ ਦੀ ਜਗ੍ਹਾ ਉਹਨਾਂ ਲੋਕਾਂ ਦੇ ਵਿੱਚ ਬਣਾ ਪਾਓਗੇ? ਬਿਲਕੁਲ ਬਣੂਗੀ, ਸਮਾਂ ਬੜਾ ਬਲਵਾਨ ਹੁੰਦਾ। ਜਦ 3 ਕਾਨੂੰਨ ਰੱਦ ਹੋਏ ਸੀ ਉਸ ਸਮੇਂ ਆਪਸੀ ਜਿਹੜੇ ਪ੍ਰੋਮਿਸਿਸ ਹੋਏ ਸੀ ਕਿ MSP ਜਿਹੜਾ ਉਹ ਐਜ਼ ਇਟ ਇਜ਼ ਲਾਗੂ ਰਹੂਗਾ, ਉਹ ਅੱਜ ਦੀ ਤਰੀਕ ਤੱਕ ਐਜ਼ ਇਟ ਇਜ਼ ਲਾਗੂ ਆ, ਔਰ ਵਧੀਆ ਮੁੱਲ ਕਿਸਾਨ ਭਰਾਵਾਂ ਨੂੰ ਦਿੱਤੇ ਜਾ ਰਹੇ, ਔਰ ਇਸੇ ਤਰ੍ਹਾਂ ਇਹਨੇ ਲਾਗੂ ਰਹਿਣਾ ਹੈ, ਇਸ ਕਰਕੇ ਇਹ ਤਾਂ ਬੰਦ ਹੋਣੇ ਨੀ। ਬਾਕੀ ਜਿਹੜੀਆਂ ਕੋਈ ਆਪਸੀ ਖਿੱਚੋ ਤਾਣ ਕੋਈ ਥੋੜਾ ਬਹੁਤਾ ਰਹਿ ਗਿਆ ਸੀ, ਉਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਨਾਲ ਇਹ ਮਨ ਮਿਟਾਵ ਹੋ ਜਾਊਗਾ, ਕਿਉਂਕਿ ਇਕੱਲੇ ਇਸ ਵੇਲੇ ਮੋਦੀ ਸਾਹਿਬ ਨੇ ਜਾਂ ਭਾਜਪਾ ਸਰਕਾਰ ਆ ਜਿਹੜੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗਾ ਪੈਕੇਜ ਦੇ ਸਕਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪਣਾ ਕਿਸਾਨੀ ਨੂੰ ਔਰ ਪੰਜਾਬੀਅਤ ਨੂੰ ਜਿਹੜੀ ਅੱਜ ਫਾਈਨੈਂਸ਼ੀਅਲ ਦੁਰਦਸ਼ਾ ਸਾਡੀ ਹੋਈ ਆ ਉਹਦੇ ਵਿੱਚੋਂ ਜੇ ਬਾਹਰ ਕੱਢ ਸਕਦੇ ਹੋ ਤਾਂ ਇਸ ਵੇਲੇ BJP ਸਰਕਾਰ ਕਰ ਸਕਦੀ। ਤੁਸੀਂ ਪੰਜਾਬ ਦੀਆਂ ਕਿਹੜੀਆਂ ਮੁੱਖ ਲੋੜਾਂ ਦੇਖਦੇ ਹੋ? ਜੇ ਗੱਲ ਕਰੀਏ ਤਾਂ ਸੈਂਟਰ ਗਵਰਨਮੈਂਟ ਕੀ ਦੇ ਸਕਦੀ ਸਾਨੂੰ? ਸਭ ਤੋਂ ਵੱਡੀ ਤੇ ਮੁੱਖ ਲੋੜ ਜਿਹੜੀ ਆ ਉਹ ਇਸ ਵੇਲੇ ਸਾਡੀ ਹੈਗੀ ਆ ਕਿ ਜਿੰਨੇ ਵੀ ਸਾਡੇ ਪੰਜਾਬੀ ਭਰਾ ਨੇ ਜਿਹੜੇ ਆਉਣ ਵਾਲੇ ਛੋਟੇ ਬੱਚੇ ਨੇ ਜਿਨ੍ਹਾਂ ਨੇ ਪਲੱਸ ਟੂ ਕੀਤੀ ਆ ਜਾਂ ਕੋਈ 10ਵੀਂ ਚ ਆ ਜਾਂ ਕੋਈ 11ਵੀਂ ਚ ਆ ਜਾਂ ਕਿਸੇ ਨੇ ਕਾਲਜ ਖਤਮ ਕੀਤਾ, ਉਹਦੇ ਵਾਸਤੇ ਇੱਥੇ ਰੁਜ਼ਗਾਰ ਦੇ ਸਾਧਨ ਨਹੀਂ। ਉਹ ਬੜੀ ਤੇਜ਼ੀ ਨਾਲ ਧੜਾਧੜ ਕੋਈ ਅਮਰੀਕਾ ਜਾ ਰਿਹਾ ਹੈ, ਕੋਈ ਕੈਨੇਡਾ ਜਾ ਰਿਹਾ ਹੈ, ਕੋਈ ਨਿਊਜ਼ੀਲੈਂਡ ਜਾ ਰਿਹਾ ਹੈ, ਕੋਈ ਆਸਟ੍ਰੇਲੀਆ ਜਾ ਰਿਹਾ ਹੈ। ਉਹਦੇ ਵਾਸਤੇ ਮੈਂ ਇੱਕ ਆਪਦੇ ਮਨ ਦੇ ਵਿੱਚ ਇੱਕ ਸੋਚ ਰੱਖੀ ਆ, ਕਿਤੇ ਮੌਕਾ ਮਿਲਿਆ ਜ਼ਿੰਦਗੀ ਦੇ ਵਿੱਚ ਤੇ ਇੱਕ ਬੋਰਡ ਬਣਵਾ ਕੇ ਦਊਂਗਾ ਜਿਹੜਾ ਕਿ ਸਰਕਾਰੀ ਬੋਰਡ ਹੋਊਗਾ ਜਿਹਦੇ ਵਿੱਚ ਹਰ ਕੋਈ ਬੰਦਾ ਐਪਲੀਕੇਸ਼ਨ ਆਪਦੀ ਦੇ ਸਕਦਾ ਹੈ। ਉਹਦੀ ਨੋਮੀਨਲ ਜੀ ਫੀਸ ਹੋਊਗੀ 500-700 ਹਜ਼ਾਰ ਰੁਪਇਆ। ਉਹ ਦੁਨੀਆਂ ਦੇ ਵਿੱਚ ਕਿਤੇ ਵੀ ਉਹਨੇ ਮਾਈਗ੍ਰੇਟ ਕਰਨਾ ਆ ਬਤੌਰ ਲੇਬਰ, ਬਤੌਰ ਸਟੂਡੈਂਟ ਜਾਂ ਬਤੌਰ ਕੋਈ ਐਜ ਅ ਕੁਆਲੀਫਾਈਡ ਪਰਸਨ, ਉਹ ਉਸ ਬੋਰਡ ਦੇ ਥਰੂ ਜਾਵੇ। ਜਿਹੜੇ ਆ ਟਰੈਵਲ ਏਜੰਟਾਂ ਦੇ ਸਿਕੰਜੇ ਦੇ ਵਿੱਚ ਫਸ ਜਾਂਦੇ ਆਪਾਂ ਇੰਨੇ ਇੰਨੇ ਪੈਸੇ ਦੇ ਕੇ ਔਰ ਉਸ ਤੋਂ ਬਾਅਦ ਚੋਂ ਆਪਣਾ ਉਹ ਪੈਸਾ ਬਰਬਾਦ ਹੋ ਜਾਂਦਾ ਹੈ, ਉਹ ਬਰਬਾਦ ਨਾ ਹੋ ਸਕੇ ਜੀ। ਤੁਸੀਂ ਬੋਰਡ ਦੀ ਗੱਲ ਕੀਤੀ ਹੈ ਕਿ ਉਹਦੇ ਵਿੱਚ ਏਦਾਂ ਦੀਆਂ ਸਹੂਲਤਾਵਾਂ ਵੀ ਰੱਖੀਆਂ ਜਾਣਗੀਆਂ? ਪਿਛਲੀ ਸਰਕਾਰ ਦੌਰਾਨ ਜਿਹੜਾ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ, ਬੜੇ ਕੈਂਪ ਲੱਗੇ ਜ਼ਿਲ੍ਹਿਆਂ ਦੇ ਅੰਦਰ, ਜਿਨ੍ਹਾਂ ਨੌਜਵਾਨਾਂ ਨੇ ਅਪਲਾਈ ਕੀਤੀ ਜਿਨ੍ਹਾਂ ਨੂੰ ਨੌਕਰੀ ਮਿਲੀ ਉਹਨਾਂ ਨੂੰ ਜ਼ਿਲ੍ਹਿਆਂ ਤੋਂ ਕੂਹਾਂ ਦੂਰ ਸੁੱਟ ਦਿੱਤਾ ਗਿਆ, 10,000 ਰੁਪਈਆ ਦਿੱਤਾ ਗਿਆ। 10,000 ਰੁਪਈਆ ਮੈਨੂੰ ਲੱਗਦਾ ਨਾ ਕਿ ਜਿਹੜਾ ਜ਼ਿਲ੍ਹੇ ਤੋਂ ਦੂਰ ਜਾ ਕੇ ਜਿਹੜਾ ਉਹ ਖਰਚਾ ਪੂਰਾ ਹੁੰਦਾ ਹੋਊਗਾ। ਕੋਈ ਏਦਾਂ ਦੀ ਪਲੈਨਿੰਗ ਰੱਖੀ ਕਿ ਜੇ ਕੋਈ ਨੌਜਵਾਨ ਨੂੰ ਨੌਕਰੀ ਮਿਲਦੀ ਹੈ ਤੇ ਉਹ ਆਪਦੇ ਘਰ ਸ਼ਾਮ ਨੂੰ ਆ ਜਾਏ? ਨਹੀਂ, ਮੈਂ ਗੱਲ ਕੀਤੀ ਇਸ ਬੋਰਡ ਦੀ, ਜਿਹੜੇ ਬੱਚਿਆਂ ਨੇ ਆਊਟ ਆਫ ਕੰਟਰੀ ਜਾਣਾ ਨਾ ਕਿ ਇਨਸਾਈਡ ਦਾ ਕੰਟਰੀ ਜਾਣਾ, ਮੈਂ ਬਾਹਰ ਜਾਣ ਵਾਲੇ ਬੱਚਿਆਂ ਦੀ ਗੱਲ ਕੀਤੀ ਕਿ ਜਿਹੜੇ ਟਰੈਵਲ ਏਜੰਟਾਂ ਦੇ ਚੁੰਗਲ ਦੇ ਵਿੱਚ ਨਾ ਫਸਣ। ਹੁਣ ਇਸੇ ਲਾਈਨ ਦੇ ਵਿੱਚ ਜੇ ਆ ਰਹੀ ਆਮ ਆਦਮੀ ਪਾਰਟੀ ਵਾਲੇ ਮੁਲਾਜ਼ਮ ਜਿਹੜਾ ਧੜਾ ਧੜ ਪੱਕੇ ਕੀਤੇ ਜਾ ਰਹੇ ਆ, ਤੇ ਜਿਹੜਾ ਬੇਸ਼ੱਕ ਇਸ ਗੱਲ ਤੋਂ ਆਪਾਂ ਭੱਜ ਨਹੀਂ ਸਕਦੇ ਕਿ ਮੁੱਖ ਮੰਤਰੀ ਹੋਰਾਂ ਦੇ ਜਿਹੜੇ ਬਿਆਨ ਆਏ ਦਿਨ ਆਉਂਦੇ ਨੇ ਕਿ ਇੰਨੇ ਮੁਲਾਜ਼ਮ ਪੱਕੇ ਕਰਤੇ, ਇੰਨੇ ਰੱਖ ਲਏ ਆ ਤੇ ਨੌਜਵਾਨਾਂ ਨੂੰ ਧੜਾ ਧੜ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਡਾਟਾ ਚੈੱਕ ਕਰੋ ਪਹਿਲਾਂ ਕਦੋਂ ਪੋਸਟ ਐਡਵਰਟਾਈਜ਼ ਹੋਈ, ਕਦੋਂ ਉਹਦੀ ਇੰਟਰਵਿਊ ਹੋਈ, ਕਦੋਂ ਉਹਦੀ ਸਿਲੈਕਸ਼ਨ ਕਮੇਟੀ ਬਣੀ ਤੇ ਕਦੋਂ ਉਹਨੂੰ ਜਿਹੜਾ ਆ ਜੁਆਇਨਿੰਗ ਲੈਟਰ ਦਿੱਤਾ ਗਿਆ। ਇਹ ਮੇਰੇ ਨਾਲੋਂ ਜ਼ਿਆਦਾ ਤੁਸੀਂ ਆਪ ਘੋਖ ਕਰਕੇ ਗੱਲ ਕਰ ਸਕਦੇ, ਐਲਾਨ ਹੀ ਹੋ ਰਿਹਾ ਇਹ, ਤੁਸੀਂ ਦੇਖੋ ਨਾ ਜੀ, RTI ਪਾਓ ਆਪਣੇ ਵੱਲੋਂ, ਚੈੱਕ ਕਰੋ ਵੀ ਕਿਸ ਦਿਨ ਉਹਦੀ ਪੋਸਟ ਐਡਵਰਟਾਈਜ਼ਮੈਂਟ ਹੋਈ। ਇੰਨੇ ਚਿਰ ਤਾਂ ਪੋਸਟ ਐਡਵਰਟਾਈਜ਼ਮੈਂਟ ਹੋ ਕੇ ਤੇ ਨੌਕਰੀ ਦਿੱਤੀ ਨਹੀਂ ਜਾ ਸਕਦੀ, ਜਿੰਨੇ ਚਿਰ ਦੇ ਵਿੱਚ ਉਹ ਕਹਿ ਰਿਹਾ ਵੀ ਅਸੀਂ ਲਾਈਨੀਆਂ ਪੱਕੀਆਂ ਕਰਤੀਆਂ, ਉਹ ਸਵਾਏ ਅਖਬਾਰਾਂ ਦੇ ਵਿੱਚ ਏਡੇ ਵੱਡੇ ਵੱਡੇ ਇਸ਼ਤਿਹਾਰ ਦੇ ਰਹੇ ਨੇ। ਪਹਿਲਾਂ ਘੋਖ ਕਰੋ ਵੀ ਇਹ ਕਿਸ ਬੰਦੇ ਨੇ ਪੋਸਟ ਐਡਵਰਟਾਈਜ਼ਮੈਂਟ ਕੀਤੀ ਸੀ, ਕਦ ਉਹਦਾ ਟੈਸਟ ਹੋਇਆ, ਕਦ ਉਹਦਾ ਇੰਟਰਵਿਊ ਹੋਈ, ਕਦ ਉਹਦੀ ਸਿਲੈਕਸ਼ਨ ਹੋਈ, ਕਦ ਉਹਨੂੰ ਜੁਆਇਨਿੰਗ ਲੈਟਰ ਦਿੱਤੀ। ਸਿਆਸੀ ਜਮਾਨ ਮੈਦਾਨ ਦੀ ਗੱਲ ਕਰ ਲਈਏ ਤਾਂ ਤਕੜੀਆਂ ਕਬੱਡੀਆਂ ਪਾਈਆਂ ਤੁਸੀਂ, ਜਿੱਤਾਂ ਹਾਰਾਂ ਦੇਖੀਆਂ ਨੇ, ਤੇ ਗੱਲ ਕਰ ਲਈਏ ਹੁਣ ਆਮ ਆਦਮੀ ਪਾਰਟੀ ਦੀ, ਧੜਾ ਧੜ ਜਿਹੜੇ ਪੁਰਾਣੇ ਕਾਂਗਰਸੀ ਸਰਪੰਚ ਪੰਚ ਨੇ ਉਹ ਦਾਖਲ ਕੀਤੇ ਜਾ ਰਹੇ ਨੇ, ਤੁਸੀਂ ਆਪਣੀ ਜਿਹੜਾ ਨਜ਼ਰੀਏ ਦੇ ਨਾਲ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਮੈਂ ਉਧਰ ਤੇ ਨਹੀਂ ਦੇਖਦਾ ਕੌਣ ਜਾ ਰਿਹਾ ਹੈ, ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗ ਜੂਗਾ ਵੀ ਇੱਧਰ ਕੌਣ ਕੌਣ ਆ ਰਿਹਾ ਹੈ। ਇਸ ਕਰਕੇ ਮੇਰੇ ਸਵਾਲ ਤੁਹਾਡੇ ਸਵਾਲ ਦਾ ਤੁਹਾਨੂੰ ਆਪੇ ਜਵਾਬ ਮਿਲ ਜੂਗਾ ਵੀ ਲੋਕ ਕਿੱਥੇ ਜਾਣਾ ਚਾਹੁੰਦੇ। ਭਾਜਪਾ ਦੀ ਟੱਕਰ ਕਿਹਦੇ ਨਾਲ ਦੇਖਦੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ? ਹਰ ਹਲਕੇ 'ਚ ਅਲੱਗ ਅਲੱਗ ਕਿਸਮ ਦੀ ਟੱਕਰ ਹੋਊਗੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਗ੍ਰਾਫ ਜਿਹੜਾ ਉਹ ਥੱਲੇ ਜਾ ਚੁੱਕਾ ਹੈ, ਅਕਾਲੀ ਦਲ ਟੋਟਲੀ ਪਿੰਡਾਂ ਦੇ ਵਿੱਚੋਂ ਫੇਲ ਹੋ ਚੁੱਕਾ ਹੈ। ਆਉਣ ਵਾਲੇ ਸਮੇਂ ਦੇ ਵਿੱਚ
ਮੁੱਖ ਪਾਰਟੀ ਭਾਜਪਾ ਬਣ ਕੇ ਉਭਰੂਗੀ। ਪਰ ਅਕਾਲੀ ਦਲ ਦੇ ਜਿਵੇਂ ਨੇ ਜਿਹੜੇ ਦਾਅਵੇ ਕਰ ਰਹੇ ਕਿ ਪੰਥਕ ਪਾਰਟੀ ਖੇਤਰੀ ਪਾਰਟੀ ਆ, ਜੇ ਵੱਡੇ ਮੁੱਦੇ ਦੀ ਗੱਲ ਕਰ ਲਈਏ ਬੰਦੀ ਸਿੰਘਾਂ ਦੇ ਲਈ ਐਸਸੀਪੀਸੀ ਨੇ ਜਿਹੜੀ ਮੁਹਿੰਮ ਚਲਾਈ ਹੈ ਹਸਤਾਖਰ ਮੁਹਿੰਮ, ਹੁਣ ਐਸਸੀਪੀਸੀ ਦੇ ਨਾਲ ਵੀ ਟਾਈ ਅਪ ਅਕਾਲੀ ਦਲ ਦਾ, ਉਸ ਤੋਂ ਵੀ ਜਿਹੜਾ ਭਲੀ ਭਾਂਤ ਸਾਹਿਬ ਜਾਣੂ ਨੇ, ਤੁਸੀਂ ਇਸ ਪੈਂਤੜੇ ਨੂੰ ਕਿਵੇਂ ਦੇਖਦੇ ਅਕਾਲੀ ਦਲ ਦੇ? ਮੈਂ ਸਮਝਦਾ ਵੀ ਬੰਦੀ ਸਿੰਘ ਜਿਹੜੇ ਆ ਉਹ ਰਿਹਾ ਹੋਣੇ ਚਾਹੀਦੇ, ਜਿਹਨਾਂ ਦੇ ਵੀ ਬਣਦਾ ਹੱਕ ਹੈ, ਸਾਰਿਆਂ ਦੀ ਨੀ ਮੈਂ ਗੱਲ ਕਰਦਾ, ਜਿਹਨਾਂ ਦੇ ਬਣਦਾ ਹੱਕ ਉਹ ਰਿਹਾ ਹੋਣੇ ਚਾਹੀਦੇ, ਉਹਨਾਂ ਨੂੰ ਆਪਦਾ ਜਦੋਂ ਉਹਨਾਂ ਨੇ ਆਪਦਾ ਸਮਾਂ ਪੂਰਾ ਕਰ ਲਿਆ ਤੇ ਉਹਨਾਂ ਨੂੰ ਛੱਡਣਾ ਚਾਹੀਦਾ। ਜੀ ਜੀ ਬਹੁਤ ਬਹੁਤ ਧੰਨਵਾਦ ਮੇਰੇ ਧੰਨਵਾਦ ਜੀ ਤੇ ਸਮਾਂ ਦੇਣ ਦੇ ਲਈ। ਸੋ ਇਹ ਸਨ ਅਨੂਪ ਸਿੰਘ ਭੁੱਲਰ ਜਿਹੜੇ ਤਾਜ਼ਾ ਤਾਜ਼ਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। ਆਉਣ ਵਾਲੇ ਜਿਹੜਾ ਸਮੀਕਰਨ ਕੀ ਰਹਿੰਦੇ ਨੇ ਖੇਮਕਰਨ ਹਲਕੇ ਦੇ ਅੰਦਰ, ਉਹ ਵੀ ਤੁਹਾਨੂੰ ਲਗਾਤਾਰ ਦਿਖਾਉਂਦੇ ਰਹਾਂਗੇ। ਜੀ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ, ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਹਰਖੋਸ਼ ਦੇ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗਾ। ਸਤਿ ਸ਼੍ਰੀ ਅਕਾਲ।